ਡਾਕਟਰ ਪਰਮਜੀਤ ਸਿੰਘ ਦੀ ਪੁਸਤਕ ਉਦਾਸੀ ਇੱਕ ਸਧਾਰਨ ਸਥਿਤੀ ਤੋਂ ਲੈ ਕੇ ਗੰਭੀਰ ਰੋਗ ਤੱਕ ਪਾਰਤੀ ਸਮਾਜ ਨੂੰ ਮੁੱਖ ਰੱਖਦੇ ਹੋਏ ਮੈਡੀਕਲ ਕਾਲਜ ਪਟਿਆਲਾ ਦੇ ਮਨੋਰੋਗ ਵਿਭਾਗ ਦੇ ਡਾਕਟਰ ਗੁਰਮੀਤ ਸਿੰਘ ਤੇ ਉਹਨਾਂ ਦੇ ਸਹਿਯੋਗੀਆਂ ਨੇ ਇੱਕ ਪੈਮਾਨਾ ਤਿਆਰ ਕੀਤਾ ਹੈ ਜਿਸ ਛੇ ਨਾਲ ਤਣਾਉ ਪੂਰਨ ਘਟਨਾਵਾਂ ਦੀ ਤਰਤੀਬ ਤੇ ਹਰ ਇੱਕ ਘਟਨਾ ਦੇ ਨਾਲ ਪੈਦਾ ਹੋਣ ਵਾਲੇ ਤਣਾਉ ਦੀ ਮਾਤਰਾ ਵੀ ਦਰਸਾਈ ਗਈ ਹੈ ਇਸ ਸੂਚੀ ਵਿੱਚ ਸਭ ਤੋਂ ਵੱਧ ਤਕਲੀਫ ਦੇ ਘਟਨਾ ਨੂੰ ਪਹਿਲੇ ਨੰਬਰ ਤੇ ਤੇ ਸਭ ਤੋਂ ਘੱਟ ਤਕਲੀਫ ਦੇ ਵਾਲੇ ਨੂੰ ਅੰਤ 'ਚ ਰੱਖਿਆ ਗਿਆ ਹੈ। ਘੱਟੋਂ ਘੱਟ ਤੋਂ ਲੈ ਕੇ ਵੱਧ ਤੋਂ ਵੱਧ ਨੂੰ 0 ਤੋਂ 100 ਤੱਕ ਦੇ ਅੰਕ ਰੱਖਦੇ ਹੋਏ ਹਰ ਇੱਕ ਘਟਨਾ ਨੂੰ ਅੰਕ ਪ੍ਰਦਾਨ ਕੀਤੇ ਹਨ। ਇਹ ਸੂਚੀ ਇਸ ਤਰ੍ਹਾਂ ਹੈ। ਤਣਾਉ ਪੂਰਨ ਘਟਨਾਵਾਂ ਦਾ ਪੈਮਾਨਾ ਦਰਜਾ ਨੰਬਰ ਪਹਿਲਾ ਘਟਨਾ ਹੈ ਜੀਵਨ ਸਾਥੀ ਦੀ ਮੌਤ ਅੰਕ ਦਿੱਤੇ ਹੈ 100 ਵਿੱਚੋਂ 95 ਦੂਸਰਾ ਜੀਵਨ ਸਾਥੀ ਦੇ ਅਵੈਧ ਸਬੰਧ ਅੰਕ ਹੈ 90 ਤੀਸਰਾ ਮੀਆਂ ਬੀਵੀ ਦਾ ਅਲੱਗ ਹੋਣਾ ਜਾਂ ਤਲਾਕ ਅੰਕ ਹੈ 71 ਨੌਕਰੀ ਤੋਂ ਬਰਖਾਸਤ ਹੋਣਾ ਅੰਕ ਹੈ 76 ਆਪ ਨੂੰ ਜਾਂ ਨਜ਼ਦੀਕੀ ਰਿਸ਼ਤੇਦਾਰ ਨੂੰ ਜੇਲ੍ਹ ਹੋਣੀ ਅੰਕ ਹੈ 72 ਬੱਚਾ ਨਾ ਹੋਣਾ 67 ਅੰਕ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਦੀ ਮੌਤ 66 ਅੰਕ ਵਿਆਹਕ ਝਗੜਾ 44 ਅੰਕ ਜਾਇਦਾਦ ਜਾਂ ਫਸਲ ਦੀ ਤਬਾਹੀ 40 ਅੰਕ ਮਿੱਤਰ ਦੀ ਮੌਤ 60 ਅੰਕ ਡਾਕਾ ਜਾਂ ਚੋਰੀ 90 ਅੰਕ ਪਰਿਵਾਰ ਦੇ ਕਿਸੇ ਸਦਸ્ય ਦਾ ਸ਼ਿਕਾਰ ਹੋਣਾ 58 ਅੰਕ ਸਾਰਿਆਂ ਨਾਲ ਝਗੜਾ ਦਾਜ ਨੂੰ ਛੱਡ ਕੇ 57 ਮੰਗਣੀ ਜਾਂ ਪਿਆਰ ਸਬੰਧ ਟੁੱਟਣਾ 57 ਅੰਕ ਕੋਈ ਭਿਆਨਕ ਬਿਮਾਰੀ ਲੱਗਣੀ ਜਾਂ ਜ਼ਖਮੀ ਹੋਣਾ 56 ਅੰਕ ਪੁੱਤਰ ਜਾਂ ਧੀ ਦਾ ਘਰ ਛੱਡ ਜਾਣਾ 55 ਅੰਕ ਵਿੱਤੀ ਨੁਕਸਾਨ ਜਾਂ ਮੁਸ਼ਕਲ ਆਉਣੀ 54 ਅੰਕ ਪਰਿਵਾਰ ਦੇ ਸਦਸ ਸ ਦੀ ਬਿਮਾਰੀ 55 ਅੰਕ ਕੰਮ ਵਾਲੀ ਥਾਂ ਤੇ ਸਾਥੀਆਂ ਮੁਲਾਜ਼ਮਾਂ ਜਾਂ ਮਾਲਕਾਂ ਨਾਲ ਅਣਬਣ 55 ਅੰਕ ਜੋਤਸ਼ੀ ਦੀ ਭਵਿੱਖਬਾਣੀ 55 ਅੰਕ ਪਤਨੀ ਦਾ ਗਰਭਵਤੀ ਹੋਣਾ ਲੋੜਾ ਜਾਂ ਬੇ ਲੋੜਾ 55 ਅੰਕ ਦਾਜ ਸੰਬੰਧੀ ਝਗੜਾ ਆਪਣਾ ਜਾਂ ਜੀਵਨ ਸਾਥੀ ਦਾ 55 ਅੰਕ ਸੈਕਸ ਸੰਬੰਧੀ ਝਗੜੇ 51 ਅੰਕ ਆਪ ਦਾ ਜਾਂ ਪਰਿਵਾਰ ਦੇ ਮੈਂਬਰ ਦਾ ਬੇਰੋਜ਼ਗਾਰ ਹੋਣਾ 51 ਪੁੱਤਰ ਨਾ ਹੋਣਾ 51 ਅੰਕ ਭਾਰੀ ਕਰਜ਼ਾਈ ਹੋਣਾ 49 ਅੰਕ ਧੀ ਜਾਂ ਨਿਰਵਰ ਭੈਣ ਦਾ ਵਿਆਹ 49 ਅੰਕ ਛੋਟੀ ਮੋਟੀ ਕਾਨੂੰਨ ਦੀ ਉਲੰਘਣਾ 48 ਅੰਕ ਪਰਿਵਾਰਕ ਟਕਰਾਅ 47 ਅੰਕ ਦੋਸਤੀ ਟੁੱਟਣੀ 47 ਕੋਈ ਭਾਰੀ ਖਰੀਦ ਜਾਂ ਮਕਾਨ ਬਣਾਉਣਾ 46 ਅੰਕ ਪਾਲਤੂ ਜਾਨਵਰ ਦੀ ਮੌਤ 40 ਅੰਕ ਇਮਤਿਹਾਨ ਚ ਫੇਲ ਹੋਣਾ 43 ਅੰਕ ਇਮਤਿਹਾਨ ਜਾਂ ਇੰਟਰਵਿਊ 43 ਅੰਕ ਮੰਗਣੀ ਜਾਂ ਵਿਆਹ ਹੋਣਾ 43 ਅੰਕ ਗਵੰਡੀ ਨਾਲ ਅਨਬਣ 40 ਅੰਕ ਵਚਨ ਤੋੜਨਾ 40 ਅੰਕ ਘਰ ਬਦਲਣਾ 30 ਅੰਕ ਵਪਾਰ ਨੂੰ ਬਦਲਣਾ ਜਾਂ ਵਧਾਉਣਾ 37 ਅੰਕ ਸ਼ਾਨਦਾਰ ਕਾਮਯਾਬੀ 37 ਸਕੂਲ ਜਾਣਾ ਸ਼ੁਰੂ ਕਰਨਾ ਜਾਂ ਛੱਡਣਾ 36 ਅੰਕ ਰਿਟਾਇਰ ਹੋਣਾ 35 ਅੰਕ ਬਦਲੀ ਹੋਣੀ ਜਾਂ ਕੰਮ ਦੇ ਹਾਲਾਤ ਬਦਲਨੇ 33 ਅੰਕ ਸੌਣ ਦੀ ਆਦਤਾਂ 'ਚ ਤਬਦੀਲੀ 33 ਅੰਕ ਧੀ ਦਾ ਜਨਮ 3 ਅੰਕ ਕਿਸੇ ਪਰਿਵਾਰ ਦੇ ਮੈਂਬਰ ਦਾ ਵਾਧਾ 3 ਅੰਕ ਪਰਿਵਾਰ 'ਚ ਹੋਣ ਵਾਲੇ ਉਤਸਵਾਂ ਦਾ ਘਟਣਾ 29 ਅੰਕ ਸਮਾਜਿਕ ਰੁਝੇਵਿਆਂ ਵਿੱਚ ਤਬਦੀਲੀ 28 ਅੰਕ ਖਾਣ-ਪੀਣ ਦੀ ਆਦਤਾਂ ਵਿੱਚ ਤਬਦੀਲੀ 27 ਅੰਕ ਪਤਨੀ ਦਾ ਕੰਮ ਸ਼ੁਰੂ ਜਾਂ ਬੰਦ ਕਰਨਾ 25 ਅੰਕ ਸੈਰ-ਸਪਾਟੇ ਜਾਂ ਤੀਰਥ ਯਾਤਰਾ ਤੇ ਜਾਣਾ 20 ਅੰਕ ਉਹਨਾਂ ਨੇ ਆਪਣੀ ਖੋਜ ਦੌਰਾਨ ਇਹ ਨੋਟ ਕੀਤਾ ਕਿ ਸਾਡੀ ਆਬਾਦੀ ਦਾ ਇੱਕ ਆਮ ਮਨੁੱਖ ਆਪਣੀ ਸਾਰੀ ਜ਼ਿੰਦਗੀ ਵਿੱਚ 10 ਘਟਨਾਵਾਂ ਤੇ ਪਿਛਲੇ 1 ਸਾਲ ਵਿੱਚ 2 ਘਟਨਾਵਾਂ ਬਗੈਰ ਕਿਸੇ ਸਰੀਰਕ ਤੇ ਮਾਨਸਿਕ ਖਾਨੇ ਹੋਏ ਚੱਲ ਸਕਦਾ ਹੈ ਅਮਰੀਕਾ ਦੇ ਹੋਰ ਮਨੋਵਿਗਿਆਨਕਾਂ ਹੋਲਮਜ਼ ਤੇ ਰਾਹੀ ਨੇ ਪਤਾ ਲਗਾਇਆ ਕਿ ਜਿਸ ਵਿਅਕਤੀ ਦੇ ਜੀਵਨ ਚ ਪਿਛਲੇ 1 ਸਾਲ ਦੇ ਦੌਰਾਨ ਹੋਣ ਵਾਲੀਆਂ ਘਟਨਾਵਾਂ ਦੇ ਕੁੱਲ 200 ਜਾਂ ਉਸ ਤੋਂ ਵੱਧ ਅੰਕ ਬਣਦੇ ਹੋਣ ਉਸ ਵਿੱਚ ਦਿਲ ਦਾ ਦੌਰਾ, ਪੇਟ ਦੇ ਅਲਸਰ ਤੇ ਕਈ ਤਰ੍ਹਾਂ ਦੇ ਮਾਨਸਿਕ ਰੋਗ ਹੋਣ ਦਾ ਡਰ ਵੱਧ ਜਾਂਦਾ ਹੈ। ਗਲਤ ਤਾਰਨਾਵਾ ਮਨੋਵਿਗਿਆਨਕਾਂ ਦਾ ਵਿਚਾਰ ਆ ਕਿ ਜਿਸ ਤਰ੍ਹਾਂ ਜ਼ਿੰਦਗੀ ਵਿੱਚ ਅਸੀਂ ਚੰਗੀਆਂ ਮੰਦੀਆਂ ਆਤਾਂ ਸਿੱਖਦੇ ਹਾਂ ਇਸੇ ਤਰ੍ਹਾਂ ਮਾੜੀਆਂ ਧਾਰਨਾਵਾਂ ਵੀ ਸਿਖਲਾਈ ਦਾ ਹੀ ਨਤੀਜਾ ਹੁੰਦੀਆਂ। ਇਸ ਸੰਬੰਧ ਵਿੱਚ ਆਰੂਨ ਬੈਕ ਰਾਹੀਂ ਦਰਸਾਈ ਗਈ ਗਲਤ ਧਾਰਨਾਵਾਂ ਦੀ ਤਿਗੜੀ ਨੂੰ ਵੀ ਕਾਫੀ ਮਾਨਤਾ ਪ੍ਰਾਪਤ ਹੈ। ਉਹਦੇ ਅਨੁਸਾਰ ਇਹ ਤਿੰਨੇ ਧਾਰਨਾਵਾਂ ਉਦਾਸੀ ਵਿਕਾਰ ਦੀਆਂ ਜੜ੍ਹਾਂ ਹਨ। ਪਹਿਲਾ ਆਪਣੇ ਆਪ ਬਾਰੇ ਨਕਾਰਾਤਮਕ ਨਜ਼ਰੀਆ 네ਗੇਟਿਵ ਸੈਲਫ ਵਿਊ ਮੈਂ ਮਾੜਾ ਹਾਂ ਇਸ ਲਈ ਸਾਰੇ ਬੁਰੇ ਹਨ ਥਿੰਗਸ ਆਰ ਬੈਡ ਬਿਕਾਜ਼ ਆਈ ਏਮ ਬੈਡ ਦੂਸਰਾ ਅਨੁਭਵਾਂ ਦੀ ਨਕਾਰਾਤਮਕ ਤਰਜਮਾਨੀ 네ਗੇਟਿਵ ਇੰਟਰਪ੍ਰੀਟੇਸ਼ਨ ਆਫ ਐਕਸਪੀਰੀਅੰਸ ਪਾਉ ਹੁਣ ਤੱਕ ਸਾਡਾ ਸਭ ਕੁਝ ਬੁਰਾਈ ਹੋਇਆ ਹੈ ఎవਰੀਥਿੰਗ ਹੈਜ਼ ਆਲਵੇਜ਼ ਬੀਨ ਬੈਡ ਤੀਸਰਾ ਪਵੇਖ ਬਾਰੇ ਨਕਾਰਾਤਮਕ ਦ੍ਰਿਸ਼ਟੀਕੋਣ 네ਗੇਟਿਵ ਵਿਊ ਆਫ ਫਿਊਚਰ ਜਿਵੇਂ ਮੈਨੂੰ ਸਦਾ ਅਸਫਲਤਾ ਹੀ ਮਿਲੇਗੀ ਐਂਟੀਸੀਪੇਸ਼ਨ ਆਫ ਫੇਲਯਰ ਇਸੇ ਤਰ੍ਹਾਂ ਇੱਕ ਹੋਰ ਮਤ ਥਿਉਰੀ ਹੈ ਕਿ ਅਸਲ ਵਿੱਚ ਜੀਵਨ ਦੇ ਅਨੁਭਵ ਦੌਰਾਨ ਸਿੱਖਿਆ ਨਿਰਾਸ਼ਾਪਨ ਜਾਂ ਨਿਤਾਣਾ ਹੋਣ ਦੀ ਧਾਰਨਾ ਉਦਾਸੀ ਵਿਕਾਰ ਪੈਦਾ ਕਰਦੀ ਹੈ ਇਹ ਭਾਵਨਾ ਦਾ ਸ਼ਿਕਾਰ ਮਨੁੱਖ ਹਾਲਾਤਾਂ ਤੇ ਕਾਬੂ ਪਾਉਣ ਤੋਂ ਸਮਰਥ ਸਾਬਤ ਹੁੰਦਾ ਹੈ ਤੇ ਉਦਾਸੀ ਉਹਨੂੰ ਆਦ ਬੋਚਦੀ ਹੈ। ਅਗਲਾ ਹੈ ਮਨੋਵਿਸ਼ਲੇਸ਼ਨ ਮਤ ਸਾਈਕੋ ਅਨਲਿਸਿਸ ਇਸ ਮਤ ਦਾ ਮੋਡੀ ਫਰਾਇਡ ਨੂੰ ਮੰਨਿਆ ਜਾਂਦਾ ਹੈ। ਉਹਦੇ ਮੁਤਾਬਕ ਮਨੁੱਖ ਦੇ ਮਨ ਨੂੰ ਦੋ ਹਿੱਸਿਆਂ ਸੁਚੇਤ ਮਨ ਕੌਨਸ਼ੀਅਸ ਮਾਈਂਡ ਤੇ ਅਚੇਤ ਮਨ ਅਨਕੌਨਸ਼ੀਅਸ ਮਾਈਂਡ ਚ ਵੰਡਿਆ ਜਾ ਸਕਦਾ ਹੈ। ਜੇਕਰ ਅਸੀਂ ਮਨ ਨੂੰ ਹਿਮ ਪਰਵਤ ਮਨ ਲਗੇ ਤਾਂ ਪਾਣੀ ਤੋਂ ਬਾਅਦ 1/8 ਅੱਠਵਾਂ ਹਿੱਸਾ ਸੁਚੇਤ ਮਨ ਤੇ ਅੰਦਰਲਾ 7/8 ਹਿੱਸਾ ਅਚੇਤ ਮਨ ਹੁੰਦਾ ਇਸ ਅਚੇਤ ਹਿੱਸੇ 'ਚ ਹੋ ਰੀਆਂ ਮਾਨਸਿਕ ਕਿਰਿਆਵਾਂ ਨੂੰ ਮਨੁੱਖ ਨੂੰ ਭਿੰਨਕ ਵੀ ਨਹੀਂ ਪੁੰਦੀ ਪਰ ਇਹ ਇੰਨਾ ਪ੍ਰਬਲ ਹੁੰਦਾ ਹੈ ਕਿ ਸਾਡੀ ਸਾਰੀ ਮਾਨਸਿਕ ਜ਼ਿੰਦਗੀ ਦਾ ਜ਼ਿਆਦਾਤਰ ਭਾਗ ਇਹੇ ਚਲਾ ਰਿਆ ਹੁੰਦਾ ਹੈ ਇਹ ਵੀ ਕਿਹਾ ਜਾ ਸਕਦਾ ਹੈ ਕਿ ਮਨੁੱਖ ਨੂੰ ਇਹ ਵੀ ਸਮਝ ਨਹੀਂ ਹੁੰਦੀ ਕਿ ਜੋ ਕੁਝ ਵੀ ਉਹ ਕਰ ਰਿਹਾ ਹੈ ਉਹ ਕਿਉਂ ਕਰ ਰਿਹਾ ਹੈ ਇਸ ਹਿੱਸੇ ਚ ਛੁਪੀਆਂ ਰਿਪਰੈਸਡ ਵਿਰੋਧੀ ਤਰੰਗਾ ਮਨੋਵੇਗੀ ਇੰਪਲਸਸ ਪ੍ਰੇਰਨਾਵਾਂ ਡਰਾਈਵਸ ਦੇ ਅਪੂਰਨ ਖਾਇਸ਼ਾਂ ਅਨਫੁਲਫਿਲਡ ਡਿਜ਼ਾਇਰਸ ਵਿੱਚ ਇੱਕ ਕਸ਼ਮਕਸ਼ ਚੱਲਦੀ ਰਹਿੰਦੀ ਹੈ ਜਿਹੜੀ ਉਦਾਸੀ ਵਿਕਾਰ ਦਾ ਵੀ ਕਾਰਨ ਬਣ ਸਕਦੀ ਹੈ ਅਗਲਾ ਹੈ ਸਮਾਜਿਕ ਕਾਰਨ ਕੁਝ ਅੰਕੜੇ ਦਰਸਾਉਂਦੇ ਐ ਕਿ ਕਿਰਤੀ ਔਰਤਾਂ ਵਿੱਚ ਉਦਾਸੀ ਵਿਕਾਰ ਦੂਸਰੀਆਂ ਔਰਤਾਂ ਨਾਲੋਂ ਵੱਧ ਹੁੰਦਾ ਹੈ ਇਹਦਾ ਕਾਰਨ ਇਹ ਹੋ ਸਕਦਾ ਹੈ ਕਿ ਔਰਤਾਂ ਕੁਝ ਖਾਸ ਸਮਾਜਿਕ ਕਾਰਨਾ ਕਰਕੇ ਵੀ ਤਣਾਅ ਦੀਆਂ ਸ਼ਿਕਾਰ ਹੁੰਦੀਆਂ ਹਨ ਜਿਵੇਂ ਪਹਿਲਾ ਮੀਆਂ-ਬੀਵੀ ਦਾ ਰابطਾ ਤੇ ਨੇੜਤਾ ਘੱਟ ਹੋਣਾ ਦੂਸਰਾ ਮਾੜੇ ਸਮਾਜਿਕ ਸਬੰਧ ਤੇ ਤੀਸਰਾ ਪਤੀ-ਪਤਨੀ ਦੇ ਕਰਤਵਾਂ ਚ ਅੰਤਰ ਹੋਣਾ ਇਸ ਤੋਂ ਹੀ ਲਾਵਾਸ ਸਮਾਜਿਕ ਕੀਮਤਾਂ ਦਾ ਵੀ ਯੋਗਦਾਨ ਹੋ ਸਕਦਾ ਹੈ ਜਨਮ ਤੋਂ ਹੀ ਲੜਕੀ ਨਾਲ ਵਿਤਕਰਾ ਸ਼ੁਰੂ ਹੋ ਜਾਂਦਾ ਹੈ ਪੁਰਖ ਪ੍ਰਧਾਨ ਸਮਾਜ ਜਿਸ ਵਿੱਚ ਇਸਤਰੀ ਨੂੰ ਕਰਮਜਲੀ ਤੇ ਮਨਹੂਸ ਕਿਹਾ ਜਾਵੇ ਤੇ ਉਹਨੂੰ ਸਿਰਫ ਬੱਚੇ ਪੈਦਾ ਕਰਨ ਵਾਲੀ ਜਾਂ ਰਸੋਈ ਘਰ ਦਾ ਕੰਮ ਕਰਨ ਵਾਲੀ ਮਸ਼ੀਨ ਸਮਝਿਆ ਜਾਵੇ ਤਾਂ ਤਣਾਅ ਤੋਂ ਬਗੈਰ ਕਿਵੇਂ ਜੀ ਸਕਦੀ ਹੈ ਅਗਲਾ ਹੈ ਧਾਰਮਿਕ ਕਦਰਾਂ ਕੀਮਤਾਂ ਸਾਡੇ ਧਰਮਾਂ 'ਚ ਅੰਧਵਿਸ਼ਵਾਸ ਦਾ ਬੋਲਬਾਲਾ ਹਰ ਇੱਕ ਨੂੰ ਸਵਰਗ ਨਰਕ ਪਰਲੋਕ ਦੇ ਚੱਕਰ ਚ ਫਸਾਉਣ ਦੀ ਕੋਸ਼ਿਸ਼ ਜਾਰੀ ਰਹਿੰਦੀ ਹੈ। ਪਾਪ ਪੁੰਨ ਦੇ ਬਾਧੂ ਡਰ ਪਾ ਕੇ ਦੁਸ਼ੀ ਆਤਮਾ ਦਾ ਭਾਰ ਲੱਦ ਦਿੱਤਾ ਜਾਂਦਾ ਹੈ। ਇਹੋ ਜੇ ਮਾਹੌਲ ਤੇ ਤਣਾਅ ਵਾਲੀ ਹਾਲਤ ਵਿੱਚ ਰਹਿਣਾ ਲਾਜ਼ਮੀ ਹੈ। ਅੰਤ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਉੱਪਰ ਦਰਸਾਏ ਗਏ ਸਾਰੇ ਕਾਰਨਾ ਵਿੱਚੋਂ ਕੋਈ ਵੀ ਇੱਕ ਕਾਰਨ ਆਪਣੇ ਆਪ ਵਿੱਚ ਉਦਾਸੀ ਵਿਕਾਰ ਪੈਦਾ ਕਰਨ ਦੇ ਸਮਰੱਥ ਨਹੀਂ ਹੁੰਦਾ। ਹਰ ਮਨੋਕੁਝ ਵੱਖ-ਵੱਖ ਸਮੇਂ ਵੱਖ-ਵੱਖ ਉਹ ਮਰਤੇ ਵੱਖ-ਵੱਖ ਹਾਲਾਤਾਂ 'ਚ ਹਰ ਇੱਕ ਕਾਰਨ ਵੱਖ-ਵੱਖ ਮਾਤਰਾ 'ਚ ਆਪਣਾ ਯੋਗਦਾਨ ਪਾਉਂਦਾ ਹੈ ਉਦਾਸੀ ਵਿਕਾਰ ਦਾ ਇਲਾਜ ਹੁਣ ਤੱਕ ਚਰਚਾ ਤੋਂ ਬਾਖੂ ਵੀ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਉਦਾਸੀ ਇੱਕ ਰੋਗ ਨਾ ਹੋ ਕੇ ਸਗੋਂ ਇੱਕ ਬਹੁਮੁਖੀ ਮਾਨਸਿਕ ਵਿਕਾਰ ਜਾਂ ਬੇਤਰਤੀਬੀ ਡਿਸਆਰਡਰ ਹੈ ਜਿਸ ਦੇ ਬਹੁਤ ਸਾਰੇ ਕਾਰਨ ਹਨ ਇਸੇ ਲਈ ਦਾ ਕੋਈ ਇੱਕ ਇਲਾਜ ਨਹੀਂ ਸਗੋਂ ਇਲਾਜ ਦੀਆਂ ਵੱਖ-ਵੱਖ ਪ੍ਰਣਾਲੀਆਂ ਹਨ ਹਰ ਇੱਕ ਮਰੀਜ਼ ਲਈ ਵਰਤੀ ਜਾਣ ਵਾਲੀ ਪ੍ਰਣਾਲੀ ਦੀ ਚੋਣ ਵਿਕਾਰ ਦੀ ਬਣਗੀ ਤੇ ਕਾਰਨਾਂ ਤੇ ਨਿਰਭਰ ਕਰਦੀ ਹੈ ਜਿਸ ਤਰ੍ਹਾਂ ਗੁਰਬਾਣੀ ਚ ਲਿਖਿਆ ਹੈ ਰੋਗਦਾਰੂ ਦੋਨੋ ਬੁੱਝੈ ਸੋਈ ਵੈਦ ਸੁਜਾ ਇਸ ਵਿਕਾਰ ਦਾ ਇਲਾਜ ਉਹੀ ਕਰ ਸਕਦਾ ਹੈ ਜਿਹੜਾ ਇਹਨਾਂ ਬਿਮਾਰੀਆਂ ਦਾ ਮਾਹਰ ਹੋਵੇ ਉਹਨੂੰ ਮਨੁਚਕਿਤਸਕ ਸਾਈਕੀਐਟ੍ਰਿਸਟ ਕਹਿੰਦੇ ਹਨ ਮੁੱਢਲੇ ਤੌਰ ਤੇ ਐਮਬੀਬੀਐਸ ਡਾਕਟਰ ਹੁੰਦਾ ਹੈ ਇਸ ਤੋਂ ਬਾਅਦ ਵਿੱਚ ਇਹਨਾਂ ਰੋਗਾਂ ਦਾ ਮਾਹਿਰ ਹੋਣ ਲਈ ਐਮਡੀ ਮਨੋਰੋਗ ਸਾਈਕੀਐਟਰੀ ਕੀਤੀ ਹੁੰਦੀ ਜਿਵੇਂ ਅਸੀਂ ਵੇਖਿਆ ਕਿ ਉਦਾਸੀ ਵਿਕਾਰ ਦੇ ਕਾਫੀ ਲੱਛਣ ਸਰੀਰਕ ਬਿਮਾਰੀਆਂ ਦੇ ਲੱਛਣਾਂ ਵਾਂਗ ਹੁੰਦੇ ਹਨ ਇਹ ਸਰੀਰ ਦੇ ਕਿਸੇ ਵੀ ਹਿੱਸੇ ਨਾਲ ਸੰਬੰਧਿਤ ਹੋ ਸਕਦੇ ਹਨ ਇਸ ਲਈ ਇਹਨਾਂ ਲੱਛਣਾਂ ਨੂੰ ਮੁੱਖ ਰੱਖ ਕੇ ਮਰੀਜ਼ ਨੂੰ ਕਿਸੇ ਡਾਕਟਰ ਕੋਲ ਲਿਜਾਇਆ ਜਾਂਦਾ ਹੈ ਕਾਫੀ ਡਾਕਟਰ ਅਨਜਾਨਤਾ ਜਾਂ ਕੁਝ ਕੁ ਪੈੜੀ ਨੀਤ ਹੋਣ ਕਾਰਨ ਢੇਰਾਂ ਦੇ ਢੇਰ ਟੈਸਟ ਲਿਖ ਦਿੰਦੇ ਹੈ ਹਜ਼ਾਰਾਂ ਰੁਪਏ ਖਰਚਣ ਦੇ ਬਾਵਜੂਦ ਵੀ ਕੋਈ ਨੁਕਸ ਨਹੀਂ ਲੱਭਦਾ ਇੱਕ ਪਾਸੇ ਤਾਂ ਇਹ ਲੋਕਾਂ ਦੇ ਭੋਲੇਪਨ ਦਾ ਫਾਇਦਾ ਉਠਾਉਂਦੇ ਹੈ ਦੂਜੇ ਪਾਸੇ ਪੁੱਠੇ ਰਸਤੇ ਪਾ ਕੇ ਅਸਲ ਬਿਮਾਰੀ ਦੇ ਇਲਾਜ ਵਿੱਚ ਦੇਰ ਕਰਵਾ ਦਿੰਦੇ ਹੈ ਹੈਰਾਨੀ ਵਾਲੀ ਗੱਲ ਇਹ ਹੈ ਕਿ ਹੁਣ ਤੱਕ ਦੀਆਂ ਹੋ ਚੁਕੀਆਂ ਖੋਜਾਂ ਅਨੁਸਾਰ ਸਿਰਫ ਚਿੰਨਾਤਮਕ ਉਦਾਸੀ ਵਿਕਾਰ ਨੂੰ ਛੱਡ ਕੇ ਹੋਰ ਕਿਸੇ ਕਿਸਮ ਦੇ ਉਦਾਸੀ ਵਿਕਾਸ ਲਈ ਟੈਸਟਾਂ ਦੀ ਲੋੜ ਨਹੀਂ ਹੁੰਦੀ ਇਹਨਾਂ ਦੀ ਪਛਾਣ ਲੱਛਣ ਵੇਖ ਕੇ ਜਾਂ ਰਿਸ਼ਤੇਦਾਰਾਂ ਤੇ ਮਰੀਜ਼ਾਂ ਨਾਲ ਗੱਲਬਾਤਾਂ ਰਾਈ ਮੁਆਇਨਾ ਕਰਕੇ ਹੀ ਕੀਤੀ ਜਾ ਸਕਦੀ ਹੈ ਸਿਰ ਦੇ ਐਕਸ-ਰੇ ਸਕੈਨ ਦੇ ایਈਜੀ ਤੋਂ ਉਦਾਸੀ ਜਾਂ ਕਿਸੇ ਹੋਰ ਮਾਨਸਿਕ ਵਿਕਾਰ ਬਾਰੇ ਕੋਈ ਪੱਕਾ ਫੈਸਲਾ ਨਹੀਂ ਕੀਤਾ ਜਾ ਸਕਦਾ ਹਾਂ ਕੁਝ ਸਪਸ਼ਟ ਇਸ਼ਾਰੇ ਜ਼ਰੂਰ ਮਿਲਦੇ ਹੈ ਇਹ ਕਿਤਾਬ ਲਿਖਣ ਦਾ ਹਰਗੇਜ਼ੇ ਮਕਸਦ ਨਹੀਂ ਕਿ ਪਾਟਕਾਂ ਨੂੰ ਇਸ ਰੋਗ ਦਾ ਮਾਹਿਰ ਬਣਾਉਣਾ ਹੈ ਤਾਂ ਕਿ ਉਹ ਇਹਨਾਂ ਦਾ ਇਲਾਜ ਕਰ ਸਕਣ ਮੰਤਵ ਇਹ ਹੈ ਕਿ ਉਹਨਾਂ ਨੂੰ ਪਤਾ ਲੱਗ ਜਾਏ ਕਿ ਜੇਕਰ ਉਹ ਕਿਸੇ ਮਨੁੱਖ ਵਿੱਚ ਇਸ ਤਰ੍ਹਾਂ ਦੇ ਲੱਛਣ ਵੇਖਣ ਤਾਂ ਬਿਨਾਂ ਸਮਾਨ ਨਸ਼ਟ ਕੀਤੇ ਮਨੋ ਰੋਗ ਦੇ ਮਾਹਿਰ ਡਾਕਟਰ ਕੋਲ ਪਹੁੰਚ ਸਕਣ ਇਹਦੇ ਨਾਲ ਹੀ ਮਾੜੀ ਨੀਤ ਵਾਲੇ ਡਾਕਟਰ ਦੀ ਪਛਾਣ ਵੀ ਕਰ ਸਕਣ ਇਸ ਤਰ੍ਹਾਂ ਪੈਸੇ ਤੇ ਸਮਾਨ ਦੋਨਾਂ ਦੇ ਨੁਕਸਾਨ ਤੋਂ ਵੀ ਬਚ ਜਾਣ ਫਿਰ ਵੀ ਪਾਟਕਾਂ ਦੀ ਜਾਣਕਾਰੀ ਲਈ ਇਹਦੇ ਇਲਾਜ ਚ ਵਰਤੀਆਂ ਜਾਣ ਵਾਲੀਆਂ ਪ੍ਰਣਾਲੀਆਂ ਦਾ ਵੇਰਵਾ ਕਾਫੀ ਲਾਹੇਵੰਦ ਹੋਏਗਾ ਜ਼ਰੂਰੀ ਇਹ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਵੀ ਕਿਸੇ ਵੀ ਮਾਨਸਿਕ ਰੋਗ ਦਾ ਭੂਤ ਪ੍ਰੇਤ ਉਪਰੀ ছਾਇਆ ਜਾਦੂ ਟੂਣੇ ਧਾਗੇ ਜਾਂ ਕਿਤੇ ਕਰਾਈ ਨਾਲ ਕੋਈ ਸਬੰਧ ਨਹੀਂ ਇਸ ਲਈ ਇਹਨਾਂ ਦੇ ਇਲਾਜ ਲਈ ਸਿਆਣਿਆਂ ਕੋਲ ਜਾਣਾ ਵੀ ਠੀਕ ਕਿਵੇਂ ਹੋ ਸਕਦਾ ਹੈ ਇਹ ਮੰਨਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੁਝ ਰੋਗੀ ਇਹਨਾਂ ਕੋਲ ਜਾ ਕੇ ਠੀਕ ਹੋ ਜਾਂਦੇ ਐ ਇਹਦਾ ਇਹ ਹਰਗਿਜ਼ ਮਤਲਬ ਨਹੀਂ ਕਿ ਇਹਨਾਂ ਕੋਲ ਕਾਲਾ ਇਲਮ ਹੁੰਦਾ ਹੈ ਉਹਨਾਂ ਕੋਲੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਆਟੇ ਚ ਲੂਣ ਦੇ ਬਰਾਬਰ ਹੁੰਦੀ ਹੈ ਉਹ ਹਿਸਟਰੀਆ ਦੇ ਰੋਗੀ ਹੁੰਦੇ ਐ ਇਹਨਾਂ ਦੇ ਠੀਕ ਹੋਣ ਦੇ ਕਾਰਨ ਵੀ ਮਨੋਵਿਗਿਆਨਕ ਕਾਰਨ ਹੁੰਦਾ ਜਿਹਦਾ ਭੂਤ ਪ੍ਰੇਤ ਤੋਂ ਖਲਾਸੀ ਹੋਣ ਨਾਲ ਕੋਈ ਸਬੰਧ ਨਹੀਂ ਪਰ ਸਾਡੇ ਕੋਲ ਆਉਣ ਵਾਲੇ ਮਰੀਜ਼ ਤੇ ਉਹਨਾਂ ਦੇ ਰਿਸ਼ਤੇਦਾਰ ਇਹਨਾਂ ਸਿਆਣਿਆਂ ਦੇ ਐਸੇ ਕਾਲੇ ਕਾਰਨਾਮੇ ਸੁਣਾਉਂਦੇ ਐ ਕਿ ਸੁਣ ਕੇ ਰੋਂਗਟੇ ਖੜੇ ਹੋ ਜਾਂਦੇ ਆ ਸੋ ਇਹਨਾਂ ਤੋਂ ਖਬਰਦਾਰ ਕਰਨਾ ਬਹੁਤ ਜ਼ਰੂਰੀ ਹੈ ਇਲਾਜ ਦੀਆਂ ਪ੍ਰਣਾਲੀਆਂ ਪਹਿਲਾ ਹੈ ਦਵਾਈਆਂ ਨਾਲ ਫਾਰਮਕੋਲੋਜੀਕਲ ਇਸ ਸਮੇਂ ਸਾਡੇ ਕੋਲ ਕਈ ਤਰ੍ਹਾਂ ਦੀਆਂ ਦਵਾਈਆਂ ਮੌਜੂਦ ਹਨ ਲਗਭਗ 75% ਮਰੀਜ਼ਾਂ ਦੀ ਹਾਲਤ ਵਿੱਚ ਪਹਿਲੀ ਦਿੱਤੀ ਗਈ ਦਵਾਈ ਨਾਲ ਕਾਫੀ ਸੁਧਾਰ ਹੋ ਜਾਂਦਾ ਹੈ ਯਾਦ ਰੱਖਣ ਵਾਲੀ ਜ਼ਰੂਰੀ ਗੱਲ ਇਹ ਹੈ ਕਿ ਨਾ ਦਵਾਈਆਂ ਦਾ ਅਸਰ ਤਕਰੀਬਨ 10 ਦਿਨਾਂ ਤੋਂ ਬਾਅਦ ਸ਼ੁਰੂ ਹੁੰਦਾ ਹੈ। ਕਈ ਵਾਰੀ ਤਾਂ 3 ਹਫ਼ਤੇ ਵੀ ਲੱਗ ਜਾਂਦੇ ਆ। ਸੋ ਮਾਹਿਰ ਕੋਲ ਪਹੁੰਚ ਕੇ ਮਰੀਜ਼ ਜਾਂ ਉਹਦੇ ਵਾਰਸਾਂ ਨੂੰ ਕਾਲਿਆ ਨਹੀਂ ਪਹਿਣਾ ਚਾਹੀਦਾ। ਕਾਲੇ ਪੈ ਕੇ ਜਲਦੀ ਜਲਦੀ ਡਾਕਟਰ ਬਦਲਣ ਨਾਲ ਕਿਸੇ ਵੀ ਦਵਾਈ ਦਾ ਅਸਰ ਨਹੀਂ ਹੁੰਦਾ। ਪਹਿਲੀ ਦਵਾਈ ਦਾ ਅਸਰ ਨਾ ਹੋਣ ਤੇ ਕੁਝ ਮਰੀਜ਼ ਦੂਜੀ ਦਵਾਈ ਜਾਂ ਕੁਝ ਦਵਾਈਆਂ ਦੇ ਰਲਾ ਹੁੰਦੇ। ਰਲਾ ਕੇ ਦੇਰ ਨਾਲ ਠੀਕ ਹੋ ਜਾਂਦੇ ਆ। ਜੇ ਦਵਾਈ ਦੇ ਕੁਝ ਭੈੜੇ ਅਸਰ ਮਹਿਸੂਸ ਹੋਣ ਤਾਂ ਡਾਕਟਰ ਨੂੰ ਵੇਲੇ ਸਿਰ ਦੱਸ ਦੇਣਾ ਚਾਹੀਦਾ ਹੈ ਤਾਂ ਕਿ ਦਵਾਈ ਦੀ ਖੁਰਾਕ ਘਟਾਈ ਜਾ ਸਕੇ ਜਾਂ ਤਬਦੀਲ ਕੀਤੀ ਜਾ ਸਕੇ ਆਪਣੀ ਮਰਜ਼ੀ ਨਾਲ ਦਵਾਈ ਬੰਦ ਕਰਨੀ ਜਾਂ ਵਧੌੜੇ ਘਟਾਉਣੀ ਆਪਣੇ ਪੈਰਾਂ ਤੇ ਆਪ ਕੋ ਹਾੜਾ ਮਾਰਨਾ ਹੈ ਰੋਗ ਨੂੰ ਦੇਰ ਤੱਕ ਠੀਕ ਰੱਖਣ ਲਈ 6 ਮਹੀਨੇ ਜਾਂ ਉਸ ਤੋਂ ਵੱਧ ਦੀ ਦਵਾਈ ਖਾਣ ਦੀ ਲੋੜ ਪੈ ਸਕਦੀ ਹੈ ਅਵਰਤੀ ਤੇ ਦੋਧਰੂਵੀ ਵਿਕਾਰ ਵਿੱਚ ਦਵਾਈ ਕਾਫੀ ਲੰਬੇ ਸਮੇਂ ਲਈ ਸਾਲਾਂ ਬੱਤੀ ਵੀ ਦੇਣੀ ਪੈਂਦੀ ਹੈ ਇਹ ਠੀਕ ਹੈ ਕਿ ਕੁਝ ਸਮਾਂ ਦਵਾਈ ਖਾ ਕੇ ਇਨਸਾਨ ਤੰਗ ਆ ਜਾਂਦਾ ਹੈ ਪਰ ਆਖਰਕਾਰ ਦਵਾਈ ਤੋਂ ਬਗੈਰ ਭੈੜੀ ਤੇ ਨਕਾਰਾ ਜ਼ਿੰਦਗੀ ਗੁਜ਼ਾਰਨ ਨਾਲੋਂ ਖੁਸ਼ੀ ਨਾਲ ਦਵਾਈ ਖਾ ਕੇ ਵਧੀਆ ਤੇ ਸ਼ਾਨਦਾਰ ਜ਼ਿੰਦਗੀ ਦੀ ਚੋਣ ਵਿੱਚ ਹੀ ਸਿਆਣਪ ਹੋਏਗੀ ਦੂਸਰਾ ਬਿਜਲੀਆਂ ਲਾ ਕੇ ਇਲਾਜ ਕਰਨਾ ਇਹ ਇਲਾਜ ਤਾਂ ਹੀ ਕੀਤਾ ਜਾਂਦਾ ਹੈ ਜੇਕਰ ਪਹਿਲਾ ਦਵਾਈਆਂ ਦਾ ਕੋਈ ਅਸਰ ਨਾ ਹੋਵੇ ਜਾਂਦਾ ਪਚਦਾ ਹੋਵੇ ਦੂਸਰਾ ਕਿਸੇ ਕਾਰਨ ਰੋਗੀ ਨੂੰ ਦਵਾਈਆਂ ਦੇਣਾ ਸੰਭਵ ਨਾ ਹੋਵੇ ਤੀਸਰਾ ਜੇਕਰ ਮਰੀਜ਼ ਇਹਨਾਂ ਗੰਭੀਰ ਹੋਵੇ ਕਿ ਉਹ ਖਾਣਾ ਪੀਣਾ ਛੱਡ ਚੁੱਕਾ ਹੋਵੇ ਦਵਾਈ ਖਾਣ ਤੋਂ ਇਨਕਾਰੀ ਹੋਵੇ ਚੌਥਾ ਹੈ ਮਰੀਜ਼ ਹਰ ਵੇਲੇ ਆਤਮ ਹੱਤਿਆ ਦੀ ਕੋਸ਼ਿਸ਼ ਚ ਹੋਵੇ ਇਹੋ ਜੀ ਹਾਲਤ ਵਿੱਚ ਦਵਾਈਆਂ ਦੇਣ ਦੇ ਸਮੇਂ ਤੱਕ ਇੰਤਜ਼ਾਰ ਨਹੀਂ ਕੀਤਾ ਜਾ ਸਕਦਾ ਇੰਨੀ ਦੇਰ ਵਿੱਚ ਅਸੀਂ ਇੱਕ ਕੀਮਤੀ ਜ਼ਿੰਦਗੀ ਗਵਾ ਸਕਦੇ ਹਾਂ ਪੰਜਵਾਂ ਮਰੀਜ਼ ਘਰ ਦਾ ਇਕੱਲਾ ਕਮਾਊ ਮੈਂਬਰ ਹੋਵੇ ਤੇ ਸਾਰੇ ਉਸ ਤੇ ਨਿਰਭਰ ਕਰਦੇ ਹੁਣ ਉਹਦੇ ਇੱਕ ਦਿਨ ਵੀ ਕੰਮ ਤੇ ਨਾ ਜਾਣ ਨਾਲ ਬਾਕੀਆਂ ਨੂੰ ਰੋਟੀ ਨਸੀਬ ਨਾ ਹੁੰਦੀ ਹੋਵੇ। ਬਿਜਲੀ ਬਾਰੇ ਗਲਤ ਫਹਮੀਆ ਪਹਿਲੀ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਆਖਰੀ ਇਲਾਜ ਹੈ ਇਸ ਤੋਂ ਬਾਅਦ ਕੋਈ ਹੋਰ ਦਵਾਈ ਅਸਰ ਨਹੀਂ ਕਰਦੀ ਪਰ ਇਸ 'ਚ ਕੋਈ ਸੱਚਾਈ ਨਹੀਂ। ਦੂਸਰਾ ਇਹ ਖਿਆਲ ਬਿਲਕੁਲ ਬੇਬੁਨਿਆਦ ਹੈ ਕਿ ਇਸ ਨਾਲ ਦਿਮਾਗ ਦੀਆਂ ਨਾੜੀਆਂ ਤੇ ਖੂਨ ਸੜਦਾ ਹੈ। ਤੀਸਰਾ ਇਹ ਧਾਰਨਾ ਵੀ ਗਲਤ ਹੈ ਕਿ ਸਿਰਫ ਪਾਗਲਾਂ ਨੂੰ ਹੀ ਲੱਗਦੀ ਹੈ। ਅਸਲ 'ਚ ਪਾਗਲਪਨ ਸ਼ਬਦੀ ਵਰਤੋਂ ਕਰਨੀ ਹੀ ਗਲਤ ਹੈ। ਮਾਨਸਿਕ ਰੋਗ ਵੀ ਸਰੀਰ ਦੇ ਦੂਜੇ ਰੋਗਾਂ ਵਾਂਗ ਹੀ ਹੈ। ਇਹਨਾਂ ਦੇ ਕਾਰਨ ਤੇ ਇਲਾਜ ਵੀ ਆਪਸ 'ਚ ਮਿਲਦੇ ਹੈ। ਇਹ ਦੁਨੀਆ ਦੇ ਕਿਸੇ ਵੀ ਮਨੁੱਖ ਨੂੰ ਹੋ ਸਕਦੇ ਹਨ। ਇਹਨਾਂ ਮਰੀਜ਼ਾਂ ਨੂੰ ਦੂਸਰੇ ਰੋਗੀਆਂ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ। ਚੌਥਾ ਇਹ ਵਿਚਾਰ ਵੀ ਠੀਕ ਨਹੀਂ। ਇਸ ਨਾਲ ਬਹੁਤ ਤਕਲੀਫ ਹੁੰਦੀ ਹੈ। ਅਸਲ 'ਚ ਮਰੀਜ਼ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਹਨੂੰ ਬਿਜਲੀ ਲਗਾਈ ਵੀ ਗਈ ਹੈ ਕਿ ਨਹੀਂ ਉਸੇ ਦਿਨ ਬਾਅਦ ਥੋੜੀ ਥਕਾਵਟ ਜਾਂ ਥੋੜਾ ਸਿਰ ਪੀੜ ਜ਼ਰੂਰ ਰਹਿ ਸਕਦੀ ਹੈ ਪਰ ਲਗਾਉਣ ਵੇਲੇ ਰੱਤੀ ਪਰ ਵੀ ਤਕਲੀਫ ਨਹੀਂ ਹੁੰਦੀ ਹਾਂ ਇਹ ਸੱਚ ਕੋਈ ਸ਼ੱਕ ਨਹੀਂ ਵੀ ਜੇ ਦਾ ਦੁਰਪਯੋਗ ਕੀਤਾ ਜਾਏ ਤੇ ਮਰੀਜ਼ ਦੀ ਠੀਕ ਤਰ੍ਹਾਂ ਸਰੀਰਕ ਜਾਂਚ ਪੜਤਾਲ ਨਾ ਕਰਕੇ ਲਗਾਤੀ ਜਾਏ ਤਾਂ ਮਰੀਜ਼ ਦਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਇਹਨਾਂ ਰੋਗਾਂ ਦੇ ਮਾਹਿਰ ਪੂਰੀਆਂ ਸਾਵਧਾਨੀਆਂ ਵਰਤਦੇ ਆ ਇਸ ਲਈ ਉਹਨਾਂ ਦੇ ਹੱਥਾਂ ਵਿੱਚ ਬਹੁਤ ਸੁਰੱਖਿਆ ਹੈ ਅਗਲਾ ਹੈ ਮਨੋਵਿਗਿਆਨਕ ਪ੍ਰਣਾਲੀਆਂ ਇਸ ਪ੍ਰਣਾਲੀ ਨੂੰ ਜੇਕਰ ਦਵਾਈਆਂ ਦੇ ਨਾਲ ਵਰਤਿਆ ਜਾਏ ਤਾਂ ਇਹ ਜ਼ਿਆਦਾ ਲਾਹੇਵੰਦ ਹੁੰਦੀ ਹੈ ਇਹ ਪ੍ਰਣਾਲੀ ਉਸ ਹਾਲਤ ਵਿੱਚ ਵੀ ਜ਼ਰੂਰੀ ਹੁੰਦੀ ਹੈ ਜਦੋਂ ਵਿਕਾਰ ਪੈਦਾ ਕਰਨ 'ਚ ਸਹਾਇ ਮਨੋਵਿਗਿਆਨਕ ਕਾਰਨਾਂ ਦਾ ਕਾਫੀ ਯੋਗਦਾਨ ਹੋਵੇ ਜਾਂ ਰੋਗ ਦੇ ਕਾਬੂ ਆ ਜਾਣ ਤੋਂ ਬਾਅਦ ਉਹਦੇ ਸੁਭਾਅ ਵਿੱਚ ਸਥਾਈ ਤਬਦੀਲੀਆਂ ਆ ਜਾਣ ਇਹਨਾਂ ਤਬਦੀਲੀਆਂ ਨੂੰ ਠੀਕ ਕਰਨ ਲਈ ਕੋਈ ਦਵਾਈ ਅਸਰ ਨਹੀਂ ਕਰਦੀ ਇਸ ਪ੍ਰਣਾਲੀ ਰਹੀ ਮਰੀਜ਼ ਦਾ ਇਲਾਜ ਤਾਂ ਕੀਤਾ ਹੀ ਜਾਂਦਾ ਹੈ ਨਾਲ ਹੀ ਪਰਿਵਾਰ ਦੇ ਦੂਜੇ ਮੈਂਬਰਾਂ ਨੂੰ ਵੀ ਮਰੀਜ਼ ਪ੍ਰਤੀ ਵਿੱਤੀ ਰੇਜ ਤਬਦੀਲੀ ਲਿਆਉਣ 'ਚ ਮਦਦ ਕੀਤੀ ਜਾਂਦੀ ਹੈ ਮਨੋਵਿਗਿਆਨਕ ਪ੍ਰਣਾਲੀਆਂ ਹੇਠ ਲਿਖੀਆਂ ਪਹਿਲਾ ਧਾਰਨਾਵਾਂ ਤਬਦੀਲ ਕਰਨਾ ਤੇ ਦੂਸਰਾ ਹੈ ਵਰਤਾਅ ਤਬਦੀਲ ਕਰਨਾ ਇਹਨਾਂ ਦੋਹਾਂ ਪ੍ਰਣਾਲੀਆਂ ਦਾ ਆਧਾਰ ਹੈ ਕਿ ਆਦਤਾਂ ਵਾਂਗ ਸਿੱਖੀਆਂ ਹੋਈਆਂ ਗਲਤ ਧਾਰਨਾਵਾਂ ਤੇ ਵਰਤਾਅ ਦਾ ਵੀ ਕਾਸਟੋਰ ਦੀ ਮਨੋਵਿਗਿਆਨ ਤਰੀਕਿਆਂ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ ਇਹ ਚਿਕਿਤਸਾ ਜਾਂ ਇਲਾਜ ਸਿਰਫ ਇਹਦਾ ਮਾਹਰ ਹੀ ਕਰ ਸਕਦਾ ਹੈ ਇਹ ਇਸ ਇਲਾਜ ਦੁਆਰਾ ਚੰਗੀਆਂ ਧਾਰਨਾਵਾਂ ਚੰਗੇ ਵਰਤਾਰੇ ਨੂੰ ਪੁਨਰ ਸਥਾਪਿਤ ਕੀਤਾ ਜਾਂਦਾ ਹੈ ਤੇ ਗਲਤ ਧਾਰਨਾਵਾਂ ਦੇ ਵਰਤਾਰੇ ਮਦਦਮ પા ਦਿੱਤੇ ਜਾਂਦੇ ਹੈ ਇਹ ਇਲਾਜ ਥੋੜੇ ਸਮੇਂ ਦਾ ਹੁੰਦਾ ਹੈ ਅਗਲਾ ਪਾਗ ਹੈ ਮਨੋਵਿਸ਼ਲੇਸ਼ਨ ਦਾ ਇਲਾਜ ਮਨੋਵਿਸ਼ਲੇਸ਼ਣ ਦੇ ਮਾਹਿਰ ਖਾਸ ਮਨੋਵਿਗਿਆਨਕ ਟੰਗਾ ਨਾਲ ਬੇਖਬਰੀ ਮਰੀਜ਼ ਦੇ ਅਚੇਤ ਮਨ ਚਚਾਤੀ ਮਾਰ ਕੇ ਇਸ ਵਿਕਾਰ ਨੂੰ ਪੈਦਾ ਕਰਨ ਵਾਲੀ ਸਾਰੀ ਕਸ਼ਮਿਕ ਕਜ ਦੀ ਤੈ ਤੱਕ ਪਹੁੰਚ ਕੇ ਤੇ ਫਿਰ ਉਹਨੂੰ ਸੁਧਾਰ ਕੇ ਬਿਮਾਰੀ ਤੋਂ ਛੁਟਕਾਰਾ ਦਿਵਾਉਂਦਾ ਹੈ ਇਸ ਮਾਹਰ ਲਈ ਜ਼ਰੂਰੀ ਹੈ ਕਿ ਉਹਨੇ ਚਿਕਿਤਸਾ ਦੀ ਪੂਰੀ ਸਿੱਖਲਾਈ ਪ੍ਰਾਪਤ ਕੀਤੀ ਹੋਵੇ ਇਹਦੇ ਨਾਲ ਹੀ ਉਹਨੇ ਆਪਣਾ ਮਨੋਵਿਸ਼ਲੇਸ਼ਣ ਕਰਵਾਇਆ ਹੋਵੇ ਜੇ ਕੋਈ ਨੀਮ ਹਕੀਮੇ ਕੋਸ਼ਿਸ਼ ਕਰੇਗਾ ਤਾਂ ਮਰੀਜ਼ ਨੂੰ ਠੀਕ ਕਰਨ ਦੀ ਬਜਾਏ ਆਪਣੇ ਅੰਦਰ ਚੱਲ ਰਹੇ ਮਾਨਸਿਕ ਸੰਘਰਸ਼ ਵੀ ਉਸ ਉੱਤੇ ਲੱਗ ਦਏਗਾ। ਇਹ ਇੱਕ ਲੰਮਾ ਇਲਾਜ ਹੈ ਤੇ ਮਰੀਜ਼ ਨਾਲ ਕਈ ਬੈਠਕਾਂ ਕਰਨੀਆਂ ਪੈਂਦੀਆਂ। ਸਾਡੇ ਤਜਰਬਾਕਾਰ ਅਨੁਸਾਰ ਸਾਡੇ ਮਾਹੌਲ ਵਿੱਚ ਪ੍ਰਣਾਲੀ ਜ਼ਿਆਦਾਤਰ ਸੰਭਵ ਨਹੀਂ ਹੁੰਦੀ। ਇਹਦੇ ਮਾਹਿਰਾਂ ਦੀ ਵੀ شدید ਕਮੀ ਹੈ। ਉਦਾਸੀ ਵਿਕਾਰ ਦੇ ਪ੍ਰਭਾਵਾਂ ਦੇ ਪਹਿਲੂ ਇਨਨੂੰ ਅਸੀਂ ਤਿੰਨ ਭਾਗਾਂ 'ਚ ਵੰਡ ਸਕਦੇ ਹਾਂ ਨਿੱਜੀ ਪ੍ਰਭਾਵ ਦੂਸਰਾ ਪਰਿਵਾਰਕ ਅਸਰ ਤੀਸਰਾ ਸਮਾਜਿਕ ਅਸਰ ਉਦਾਸੀ ਵਿਕਾਰ ਦੇ ਪ੍ਰਭਾਵਾਂ ਦੇ ਪਹਿਲੂ ਗੰਭੀਰ ਉਦਾਸੀ ਵਿਕਾਰ ਮਰੀਜ਼ ਦੇ ਆਪਣੇ ਆਪ ਪਰਿਵਾਰ ਤੇ ਸਮਾਜ ਤੇ ਦੇ ਵੱਡਾ ਪ੍ਰਭਾਵ ਪਾਉਂਦਾ ਹੈ ਇਹ ਸਾਰੇ ਪਹਿਲੂ ਆਪਸ ਵਿੱਚ ਜੁੜੇ ਹੋਏ ਹੈ ਇੱਕ ਵੀ ਪਹਿਲੂ ਤੇ ਪਿਆ ਅਸਰ ਦੂਜੇ ਨੂੰ ਆਪਣੇ ਘੇਰੇ 'ਚ ਲੈ ਆਉਂਦਾ ਹੈ ਫਿਰ ਇੱਕ ਸਾਰਿਆਂ ਦਾ ਅਸਰ ਇਕੱਠਾ ਹੋ ਕੇ ਉਦਾਸੀ ਰੋਗ ਦੀ ਗੰਭੀਰਤਾ ਨੂੰ ਹੋਰ ਵਧਾ ਦਿੰਦਾ ਹੈ। ਇਹ ਸਾਰਾ ਮਾਮਲਾ ਇੱਕ ਗਦੀ ਗੇੜ ਦਾ ਰੂਪ ਧਾਰਨ ਕਰ ਲੈਂਦਾ ਹੈ ਜਿਸ ਵਿੱਚ ਰੋਗੀ ਦਾ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਕਿਉਂਕਿ ਰੋਗੀ ਤੇ ਉਹਦਾ ਪਰਿਵਾਰ ਇਸ ਗੱਲ ਤੋਂ ਅਨਜਾਨ ਹੁੰਦੇ ਆ ਕਿ ਸਾਰੇ ਪੁਆੜੇ ਦੀ ਜੜ ਦਾ ਕਾਰਨ ਕੀ ਹੈ। ਇਸ ਲਈ ਉਦਾਸੀ ਰੋਗ ਤੇ ਹੋ ਰਹੇ ਅਸਰਾਂ ਨੂੰ ਹੀ ਕਾਰਨ ਸਮਝਣਾ ਸ਼ੁਰੂ ਕਰ ਦਿੰਦੇ ਆ। ਇਹਦਾ ਮੁੱਖ ਕਾਰਨ ਇਹ ਹੁੰਦਾ ਹੈ ਕਿ ਨਜ਼ਰ ਆਉਣ ਵਾਲੇ ਅਸਰ ਉਨਾ ਹਾਲਾਤਾਂ ਨਾਲ ਮਿਲਦੇ ਜੁਲਦੇ ਹੁੰਦੇ ਆ ਜਿਹੜੇ ਆਮ ਆਦਮੀ ਲਈ ਤਣਾਅਪੂਰਨ ਹੁੰਦੇ ਆ ਪਰ ਇਹ ਸੂਰਤ ਉਦਾਸੀ ਵਿਕਾਰ ਪਹਿਲਾਂ ਸ਼ੁਰੂ ਹੋਇਆ ਹੁੰਦਾ ਤੇ ਹਾਲਾਤ ਬਾਅਦ ਚ ਬਣਦੇ ਆ ਫਿਰ ਇਹ ਹੀ ਹਾਲਤ ਉਦਾਸੀ ਦੇ ਗੰਭੀਰਤਾ ਤੇ ਅਸਰ ਪਾਉਣਾ ਸ਼ੁਰੂ ਕਰ ਦਿੰਦੇ ਆ ਇਸੇ ਤਰ੍ਹਾਂ ਜੇਕਰ ਅਸੀਂ ਦੂਸਰੀ ਸੂਰਤ ਜਿਸ ਚ ਹਾਲਾਤ ਪਹਿਲਾਂ ਖਰਾਬ ਹੁੰਦੇ ਆ ਤੇ ਉਦਾਸੀ ਇਹਨਾਂ ਕਾਰਨਾਂ ਕਰਕੇ ਬਾਅਦ ਚ ਉਤਪਨ ਹੁੰਦੀ ਆ ਤੇ ਵੇਖਦੇ ਆ ਕਿ ਇਹ ਉਦਾਸੀ ਬਦਲੇ ਵਿੱਚ ਉਹਨਾਂ ਹਾਲਾਤਾਂ ਨੂੰ ਹੋਰ ਖਰਾਬ ਕਰ ਦਿੰਦੀ ਹੈ ਇਸ ਤਰ੍ਹਾਂ ਕਾਰਨ ਅਸਰ ਕੌਜ਼ ਇਫੈਕਟ ਦੇ ਰਿਸ਼ਤੇ ਦੀ ਘੁੰਮਣਘੇਰੀ ਬਣ ਜਾਂਦੀ ਹੈ ਰੋਗੀ ਇਸ ਸੁਫਸਕੇ ਇਨਾਂ ਬੌਂਦਲ ਜਾਂਦਾ ਹੈ ਕਿ ਉਹਦੀ ਹਾਲਤ ਤਰਸਯੋਗ ਹੋ ਜਾਂਦੀ ਹੈ ਇੱਥੋਂ ਤੱਕ ਕਿ ਉਹ ਆਪਣੇ ਆਪ ਨੂੰ ਅਲੱਗ ਥਲੰਗ ਕਰ ਲੈਂਦਾ ਹੈ ਪਹਿਲੀ ਸੂਰਤ ਵਿੱਚ ਕੇਵਲ ਇੱਕੋ ਹੀ ਹੱਲ ਹੁੰਦਾ ਹੈ ਕਿ ਕਿਸੇ ਤਰ੍ਹਾਂ ਉਦਾਸੀ ਦਾ ਹਨੇਰਾ ਭਜਾ ਦਿੱਤਾ ਜਾਏ ਫਿਰ ਉਹਦੇ ਮਾੜੇ ਅਸਰ ਖੁਸ਼ੀ ਦੇ ਚਾਨਣ ਕਾਰਨ ਆਪ ਲੋਪ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਘੁਮਣ ਕੇਰੀ ਟੁੱਟ ਜਾਂਦੀ ਹੈ ਦੂਸਰੀ ਸੂਰਤ ਵਿੱਚ ਪਹਿਲਾ ਹਾਲਾਤਾਂ ਦਾ ਸੁਧਾਰ ਕਰਨ ਨਾਲ ਤਣਾਅ ਵਾਲੀ ਸਥਿਤੀ ਨੂੰ ਦੂਰ ਕਰਨ ਨਾਲ ਰੋਗੀ ਦੀ ਉਦਾਸੀ ਨੂੰ ਘਟ ਕੀਤਾ ਜਾ ਸਕਦਾ ਹੈ ਨੋਟ ਇਹ ਕਾਰਨ ਅਸਰਦਾਰ ਗਦੀ ਗੇੜ ਅੱਗੇ ਚੱਲ ਕੇ ਹੋਰ ਸਾਫ਼ ਹੋ ਜਾਏਗਾ ਪਹਿਲਾ ਨਿੱਜੀ ਪ੍ਰਭਾਵ ਇਹਨਾਂ ਵਿੱਚੋਂ ਮੁੱਖ ਹਨ ਪਹਿਲਾ ਕੰਮ ਦੀ ਪ੍ਰੇਰਣਾ 'ਚ ਕਮੀ ਦੂਸਰਾ ਹਰ ਇੱਕ ਚੀਜ਼ 'ਚ ਦਿਲਚਸਪੀ ਘਟਣਾ ਤੀਸਰਾ ਕੰਮ ਵਿੱਚ ਧਿਆਨ ਨਾ ਲੱਗਣਾ ਚੌਥਾ ਯਾਦ ਸ਼ਕਤੀ ਮੱਧਮ ਪੈਣਾ ਪੰਜਵਾਂ ਕੰਮ ਵਿੱਚ ਰੁਚੀ ਘਟਣੀ ਛੇਵਾਂ ਨਾਤਕਤੀ ਮਹਿਸੂਸ ਹੋਣੀ ਸਤਵਾਂ ਅਲੱਗ ਥਲੱਗ ਹੋਣਾ ਤੇ ਅੱਠਵਾਂ ਆਤਮ ਹੱਤਿਆ ਕਰ ਲੈਣਾ ਦੂਸਰਾ ਹੈ ਪਰਵਾਰਿਕ ਪ੍ਰਭਾਵ ਰੋਜ਼ਾਨਾ ਜ਼ਿੰਦਗੀ ਦੇ ਪ੍ਰਭਾਵ ਰੋਗੀ ਦੇ ਰੋਜ਼ਾਨਾ ਜੀਵਨ ਵਿੱਚ ਖਲਬਲੀ ਮੱਜ ਜਾਂਦੀ ਹੈ ਕਿਸੇ ਕੰਮ ਨੂੰ ਕਰਨ ਦੀ ਪ੍ਰੇਰਣਾ ਤੇ ਦਿਲਚਸਪੀ ਘਟ ਜਾਣ ਕਰਕੇ ਉਹ ਪਰਿਵਾਰ ਦੇ ਮੈਂਬਰਾਂ ਤੇ ਦੋਸਤਾਂ ਪ੍ਰਤੀ ਲਾਪਰਵਾਹੀ ਵਰਤਣੀ ਸ਼ੁਰੂ ਕਰ ਦਿੰਦਾ ਹੈ ਉਦਾਸੀ ਵਿਕਾਰ ਵਿੱਚ ਜਕੜੀ ਔਰਤ ਕ੍ਰਿਦੋ ਫਰੁਗਤ ਖਾਨਨਦਾਰੀ ਤੇ ਬਾਕੀ ਕਰਦੇ ਕੰਮ ਕਾਜ ਛੱਡ ਬੈਠਦੀ ਹੈ ਬੱਚਿਆਂ ਦੀ ਦੇਖਭਾਲ ਨਹੀਂ ਹੁੰਦੀ ਮੀਆਂ ਬੇਵੀ ਦੇ ਵਿਆਹਕ ਜੀਵਨ ਚ ਝਗੜੇ ਦੀ ਚਿੰਗਿਆਰੀ ਫੋਟ ਉੱਠਦੀ ਹੈ ਆਦਮੀ ਉਹਦੇ ਗੈਰ ਜ਼ਿੰਮੇਵਾਰੀ ਤੇ ਸੁਸਤੀ ਦੀਆਂ ਤੋਂ ਮਤਲ ਲਗਾਉਣ ਲੱਗ ਪੈਂਦਾ ਹੈ ਤੇ ਜੇ ਇਸਤਰੀ ਚ ਕੰਮ ਭਾਵਨਾ ਘਟ ਜਾਏ ਤੋ ਇਸ ਵਿੱਚ ਰੁਚੀ ਘਟਦੇਵੇ ਜਾਂ ਕਸ਼ਮਕਸ਼ ਤੇ ਭਾਂਬੜ ਮਚ ਉੱਠਦਿਆ ਘਰ ਦੀ ਸ਼ਾਂਤੀ ਨਸ਼ਟ ਹੋ ਜਾਂਦੀ ਹੈ ਹਰ ਸਮੇਂ ਤੂੰ ਤੂੰ ਮੈਂ ਮੈਂ ਹੋਣ ਲੱਗਦੀ ਹੈ ਇਹ ਕਲਾ ਕਲੇਸ਼ ਉਹਦੀ ਉਦਾਸੀ ਦੀ ਅੱਗ ਤੇ ਤੇਲ ਦਾ ਕੰਮ ਕਰਦੀ ਹੈ ਜਦੋਂ ਇਸ ਔਰਤ ਨੂੰ ਇਲਾਜ ਲਈ ਲਿਆਇਆ ਜਾਂਦਾ ਹੈ ਤੇ ਜੇਕਰ ਡੰਗਾਈ 'ਚ ਨਾ ਜਾਇਆ ਜਾਏ ਤਾਂ ਇੰਜ ਲੱਗਦਾ ਹੈ ਕਿ ਉਹਦੀ ਇਸ ਬਿਮਾਰੀ ਦਾ ਕਾਰਨ ਇਹ ਪਰਿਵਾਰਕ ਝਗੜੇ ਤੇ ਪਤੀ ਦਾ ਦੁਰਵਿਹਾਰ ਹੈ ਇਸ ਤਰ੍ਹਾਂ ਬਿਮਾਰੀ ਕਰਕੇ ਹੋਣ ਵਾਲੇ ਅਸਰਾਂ ਨੂੰ ਕਾਰਨ ਸਮਝਣ ਦੀ ਗਲਤੀ ਲੱਗ ਸਕਦੀ ਹੈ ਮਾਇਰਤਾ ਆਸਾਨੀ ਨਾਲ ਇਹਦਾ ਵਖੇੜਾ ਕਰ ਲੈਂਦਾ ਪਰ ਸਮਾਜ ਵਿੱਚ ਸਭ ਕੁਝ ਉਲਟਾ ਪੁਲਟਾ ਹੋ ਜਾਂਦਾ ਹੈ ਇਸ ਲਈ ਜੇਕਰ ਰੋਗ ਦੀ ਸ਼ੁਰੂ ਚ ਹੀ ਪਛਾਣ ਕਰਕੇ ਇਲਾਜ ਹੋ ਜਾਏ ਤਾਂ ਘਮਣ ਕੇਰੀ ਬਚਨ ਤੋਂ ਬਣਨ ਤੋਂ ਬਚ ਜਾਂਦੀ ਹੈ ਬਾਅਦ ਵਿੱਚ ਜੇਕਰ ਅਸਲ ਕਾਰਨ ਪਾਵਦਸੀ ਦਾ ਇਲਾਜ ਕਰ ਦਿੱਤਾ ਜਾਏ ਤਾਂ ਬਣਿਆ ਹੋਇਆ ਗਦੀ ਗੇਟ ਟੁੱਟ ਜਾਂਦਾ ਹੈ ਅਗਲਾ ਹੈ ਆਰਥਿਕ ਪ੍ਰਭਾਵ ਇਕਾਗਰਤਾ ਘਟ ਜਾਣ ਕਰਕੇ ਯਾਦਦਾਸ਼ਤ ਤੇ ਅਸਰ ਪੈਂਦਾ ਹੈ ਕੰਮ ਕਰਨ ਦੀ ਯੋਗਤਾ ਘਟ ਜਾਂਦੀ ਹੈ ਕੰਮ ਦੀ ਸਮਰੱਥਾ ਘਟਣ ਕਰਕੇ ਮਰੀਜ਼ ਕੰਮ ਤੋਂ ਜੀ ਚੁਰਾਉਣ ਲੱਗਦਾ ਹੈ ਗੈਰ ਹਾਜ਼ਰੀਆਂ ਦਾ ਤੰਤਾ ਸ਼ੁਰੂ ਹੋ ਜਾਂਦਾ ਹੈ ਜੇਕਰ ਉਹ ਮਨ ਮਾਰ ਕੇ ਕੰਮ ਤੇ ਜਾਂਦਾ ਵੀ ਹੈ ਤਾਂ ਉਹ ਵੀ ਦੇਰ ਨਾਲ ਪਹਿਲਾਂ ਮਾਲਕਾਂ ਦੇ ਅਫਸਰਾਂ ਦੀਆਂ ਝਿੜਕਾਂ ਸਹਿਣੀਆਂ ਪੈਂਦੀਆਂ ਬਾਅਦ ਵਿੱਚ ਨੌਕਰੀ ਤੋਂ ਹੱਤ ਹੋਣੇ ਪੈ ਸਕਦੇ ਆ ਇਸ ਤਰ੍ਹਾਂ ਪਰਿਵਾਰ ਤੇ ਆਰਥਿਕ ਬੋਝ ਪੈਣਾ ਸ਼ੁਰੂ ਹੋ ਜਾਂਦਾ ਹੈ ਦੂਸਰੇ ਪਾਸੇ ਰੋਗੀ ਦੀਆਂ ਦਵਾਈਆਂ ਦਾ ਖਰਚਾ ਕੱਢਣਾ ਵੀ ਜ਼ਰੂਰੀ ਹੁੰਦਾ ਹੈ ਇਸ ਤਰ੍ਹਾਂ ਪਰਿਵਾਰ ਲਈ ਆਰਥਿਕ ਭਾਰ ਦੁਣਾ ਹੋ ਜਾਂਦਾ ਹੈ ਪਰਿਵਾਰ ਦੇ ਮੈਂਬਰ ਮਰੀਜ਼ ਦੀ ਬਿਮਾਰੀ ਦਾ ਕਾਰਨ ਮਾੜੀ ਆਰਥਿਕ ਹਾਲਤ ਸਮਝਣ ਲੱਗਦੇ ਐ ਤੇ ਜੇ ਮਰੀਜ਼ ਨੂੰ ਠੀਕ ਕਰਕੇ ਕੰਮ ਕਰਨ ਦੇ ਕਾਬਿਲ ਬਣਾ ਦਿੱਤਾ ਜਾਏ ਤਾਂ ਹਾਲਾਤ ਸੁਧਰਨੇ ਸ਼ੁਰੂ ਹੋ ਜਾਂਦੇ ਐ ਇੱਥੇ ਅਸੀਂ ਫੇਰ ਨੋਟ ਕਰ ਸਕਦੇ ਹਾਂ ਕਿ ਜੇ ਸਾਰਾ ਪਿਛੋਕੜ ਨਾ ਵੇਖਿਆ ਜਾਏ ਤਾਂ ਵੇਖਣ ਤੋਂ ਇਸ ਤਰ੍ਹਾਂ ਭਾਸਦਾ ਹੈ ਕਿ ਰੋਕ ਦਾ ਕਾਰਨ ਨੌਕਰੀ ਦਾ ਛੁੱਟ ਜਾਣਾ ਤੇ ਗਰੀਬੀ ਹੈ ਜਦਕਿ ਅਸਲ 'ਚ ਇਹ ਦੋਵੇਂ ਹਾਲਤਾਂ ਉਦਾਸੀ ਦੇ ਮਾੜੇ ਅਸਰਾਂ ਕਰਕੇ ਪੈਦਾ ਹੋਈਆਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਉਦਾਸੀ ਵਿਕਾਰ ਦੇ 15 ਤੋਂ 19% ਰੋਗੀ ਆਤਮ ਹੱਤਿਆ ਕਰ ਲੈਂਦੇ ਆ ਜੇ ਆਤਮ ਹੱਤਿਆ ਕਰਨ ਵਾਲਿਆਂ ਦੇ ਬਾਰੇ ਵਿੱਚ ਕੋਖ ਕੀਤੀ ਜਾਏ ਤੇ ਉਹਨਾਂ ਚੋਂ 60 ਤੋਂ 75% ਉਦਾਸੀ ਵਿਕਾਰ ਦਾ ਸ਼ਿਕਾਰ ਹੁੰਦੇ ਆ ਇਹਨਾਂ ਚੋਂ ਬਹੁਤਿਆਂ ਦੀ ਉਮਰ ਪਰ ਕਮਾਈ ਕਰਨ ਵਾਲੀ ਹੁੰਦੀ ਹੈ ਜੇ ਸਿਰਫ ਇਹ ਵਿਅਕਤੀ ਹੀ ਪਰਿਵਾਰ ਦੀ ਕਮਾਈ ਦਾ ਮੁੱਖ ਸਾਧਨ ਹੋਵੇ ਤਾਂ ਪੈਨ ਵਾਲੇ ਪ੍ਰਭਾਵ ਦਾ ਅੰਦਾਜ਼ਾ ਆਸਾਨੀ ਨਾਲ ਲਾਇਆ ਜਾ ਸਕਦਾ ਹੈ। ਤੀਸਰਾ ਹੈ ਸਮਾਜਿਕ ਪ੍ਰਭਾਵ। ਉਦਾਸੀ ਵਿਕਾਰ ਦਾ ਪ੍ਰਭਾਵ ਮਨੁੱਖ ਦੀ ਸਮਾਜਿਕ ਜ਼ਿੰਦਗੀ ਤੇ ਸਿੱਧੇ ਤੇ ਅਸਿੱਧੇ ਦੋਨਾਂ ਤਰ੍ਹਾਂ ਪੈਂਦਾ ਹੈ। ਸਿੱਧੇ ਤੌਰ ਤੇ ਉਦਾਸ ਮਰੀਜ਼ ਆਪਣੇ ਆਪ ਨੂੰ ਅਲੱਗ-ਥਲੱਗ ਕਰਕੇ ਘਰ ਦੀ ਚਾਰ ਦਿਵਾਰੀ ਤੱਕ ਹੀ ਸੀਮਤ ਹੋ ਜਾਂਦਾ ਹੈ। ਉਹਦੀਆਂ ਸਮਾਜਿਕ ਰੁਚੀਆਂ, ਕਿਰਿਆਵਾਂ ਤੇ ਸ਼ੌਕ ਇੱਕਦਮ ਮੁੱਕ ਜਾਂਦੇ ਆ। ਉਹ ਦੋਸਤਾਂ, ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਮਿਲਣਾ ਛੱਡ ਦਿੰਦਾ ਹੈ। ਇਸ ਤਰ੍ਹਾਂ ਸਾਰਾ ਪਰਿਵਾਰ ਹੀ ਸਮਾਜ ਨਾਲ ਟੁੱਟਣਾ ਸ਼ੁਰੂ ਹੋ ਜਾਂਦਾ ਹੈ ਉਦਾਸੀ ਦਾ ਮਰੀਜ਼ ਨਸ਼ਿਆਂ ਦਾ ਖਾਸ ਕਰਕੇ ਸ਼ਰਾਬ ਦਾ ਦੀ ਬਣ ਸਕਦਾ ਹੈ ਸ਼ੁਰੂ ਵਿੱਚ ਤਾਂ ਨਸ਼ੇ ਉਹਨੂੰ ਆਰਾਮ ਦਿੰਦੇ ਆ ਪਰ ਖੜੀ ਹੌਲੀ ਉਹ ਨਸ਼ਿਆਂ ਦਾ ਸ਼ਿਕਾਰ ਬਣ ਜਾਂਦੇ ਸਾਡੇ ਆਪਣੇ ਤਜਰਬੇ ਅਨੁਸਾਰ ਜੇਕਰ ਅਸੀਂ ਇਹਨਾਂ ਮਰੀਜ਼ਾਂ ਦਾ ਉਦਾਸੀ ਰੋਗ ਠੀਕ ਕਰ ਦਈਏ ਤਾਂ ਇਹਨਾਂ ਦੀ ਇਹ ਲਤ ਆਪਣੇ ਆਪ ਲੱਥ ਜਾਂਦੀ ਹੈ ਇਤੋਂ ਇਲਾਵਾ ਜਿਹੜੇ ਮਰੀਜ਼ ਸਾਡੇ ਕਹੇ ਮੁਤਾਬਕ ਦਵਾਈ ਦਾ ਇਸਤੇਮਾਲ ਕਰਦੇ ਰਹਿੰਦੇ ਉਸ ਬਿਮਾਰੀ ਦੇ ਹੋਣ ਤੋਂ ਬਚਣ ਦੇ ਨਾਲ-ਨਾਲ ਨਸ਼ਿਆਂ ਤੋਂ ਵੀ ਬਚੇ ਰਹਿੰਦੇ ਆ ਪਰ ਇਸ ਦੇ ਉਲਟ ਕੇਵਲ ਇਹਨਾਂ ਨੂੰ ਨਸ਼ੇ ਛੁਡਾਉਣ ਦੀ ਕੋਸ਼ਿਸ਼ ਕਰਦੇ ਰਹਿਣ ਤੇ ਉਦਾਸੀ ਦਾ ਇਲਾਜ ਨਾ ਕਰਨ ਤੇ ਕਾਮਯਾਬੀ ਨਹੀਂ ਮਿਲਦੀ ਅਸਿੱਧੇ ਤੌਰ ਤੇ ਸਮਾਜਿਕ ਪ੍ਰਭਾਵ ਦਾ ਕਾਰਨ ਘਟ ਉਤਪਾਦਨ ਆਤਮ ਹੱਤਿਆ ਤੇ ਉਹਨਾਂ ਦੀ ਦੇਖਭਾਲ ਉੱਤੇ ਸਮਾਜ ਦਾ ਖਰਚ ਹੈ ਇਸ ਦੇਖਭਾਲ ਦਾ ਖਰਚਾ ਬਿਮਾਰੀ ਦੇ ਇਲਾਜ ਨਾਲੋਂ ਤਕਰੀਬਨ 7 ਗੁਣਾ ਵੱਧ ਹੁੰਦਾ ਹੈ ਇੱਕ ਅੰਦਾਜ਼ੇ ਮੁਤਾਬਕ ਇੰਗਲੈਂਡ ਵਰਗੇ ਦੇਸ਼ ਵਿੱਚ ਇਹ ਖਰਚਾ ਲਗਭਗ 2 ਖਰਬ ਡਾਲਰ ਹੈ ਕਿਉਂਕਿ ਇਹ ਚੰਗੀ ਤਰ੍ਹਾਂ ਸਾਬਤ ਹੋ ਚੁੱਕਾ ਹੈ ਕਿ ਹੁਣ ਤੱਕ ਉਪਲਬਧ ਦਵਾਈਆਂ ਨਾਲ ਤਕਰੀਬਨ 65 ਤੋਂ 80% ਮਰੀਜ਼ਾਂ ਨੂੰ ਠੀਕ ਕੀਤਾ ਜਾ ਸਕਦਾ ਹੈ ਤੇ ਆਤਮ ਹੱਤਿਆ ਦੀ ਦਰ 70 ਤੋਂ 90% ਘਟਾਈ ਜਾ ਸਕਦੀ ਹੈ ਇਸ ਲਈ ਅਸੀਂ ਅੰਤ ਵਿੱਚ ਇਸ ਨਤੀਜੇ ਤੇ ਅਪੜਦੇ ਹਾਂ ਹਰ ਸਾਲ ਅਰਬਾਂ ਦਾ ਖਰਚਾ ਬਚਾਇਆ ਜਾ ਸਕਦਾ ਹੈ ਜਿਹੜਾ ਦੇਸ਼ ਦੀ ਤਰੱਕੀ ਤੇ ਖਰਚਿਆ ਜਾ ਸਕਦਾ ਹੈ ਧੰਨਵਾਦ